ਕੈਨੇਡਾ ਦੇ ਵਿੱਚ ਲਗਾਤਾਰ ਤੀਸਰੀ ਵਾਰੀ ਜਸਟਿਨ ਟਰੂਡੋ ਹੀ ਕੈਨੇਡਾ ਵਾਸੀਆਂ ਦੇ ਪ੍ਰਧਾਨ ਮੰਤਰੀ ਬਣਨਗੇ। ਪੰਜਾਬ ਦੀ ਨਵੀਂ ਬਣੀ ਸਰਕਾਰ ਦਿੱਲੀ ਪਹੁੰਚੀ ਹੋਈ ਹੈ, ਕੀ ਹੋਏਗਾ ਉੱਥੇ, ਕੀ ਕੁਝ ਨਵੇਂ ਫੈਸਲੇ ਹੋਣਗੇ। ਹੁਣ ਘਰੋਂ ਨਹੀਂ ਦਫ਼ਤਰਾਂ ਤੋਂ ਹੋਇਆ ਕਰਨਗੇ ਸਾਰੇ ਕੰਮ। 9 ਵਜੇ ਸਭ ਨੂੰ, ਚਾਹੇ ਕੋਈ ਵੱਡਾ ਅਫਸਰ ਹੈ ਚਾਹੇ ਕੋਈ ਛੋਟਾ ਮੁਲਾਜ਼ਮ ਹੈ, ਸਭ ਨੂੰ ਪਹੁੰਚਣਾ ਪਏਗਾ। ਸਤਿ ਸ਼੍ਰੀ ਅਕਾਲ ਜੀ, ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਰਸ਼ਰਨ ਕੌਰ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਨੂੰ ਅੱਜ ਦੀਆਂ ਖਾਸ ਤੇ ਵੱਡੀਆਂ ਖਬਰਾਂ ਦੱਸ ਦਿੰਦੇ ਹਾਂ। ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਹਨਾਂ ਦੇ ਨਾਲ ਦੋਵੇਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਓਪੀ ਸੋਨੀ ਤੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਵਾਈ ਜਹਾਜ਼ ਰਾਹੀਂ ਚੰਡੀਗੜ੍ਹ ਤੋਂ ਦਿੱਲੀ ਪਹੁੰਚ ਗਏ ਨੇ। ਪਾਰਟੀ ਹਾਈਕਮਾਂਡ ਦੇ ਨਾਲ ਮੁਲਾਕਾਤ ਕਰਕੇ ਮੰਤਰੀ ਮੰਡਲ ਦਾ ਵਿਸਥਾਰ ਕਰਨ ਸਮੇਤ ਹੋਰ ਕਈ ਮੁੱਦਿਆਂ ਤੇ ਚਰਚਾ ਕਰ ਸਕਦੇ ਨੇ। ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਸ਼ਾਇਦ ਦਿੱਲੀ ਦੇ ਵਿੱਚ ਨਹੀਂ ਹੈਗੇ, ਤਾਂ ਪੰਜਾਬ ਦੀ ਨਵੀਂ ਜਿਹੜੀ ਸਰਕਾਰ ਹੈ ਉਹ ਸੋਨੀਆ ਗਾਂਧੀ ਦੇ ਨਾਲ ਹੀ ਮੀਟਿੰਗ ਕਰੇਗੀ। ਦੂਸਰੀ ਵੱਡੀ ਖਬਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਹਿਲੀ ਕੈਬਨਿਟ ਬੈਠਕ ਦੇ ਵਿੱਚ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਲਈ ਇੱਕ ਅਹਿਮ ਐਲਾਨ ਕਰ ਦਿੱਤਾ ਹੈ। ਚਿੱਠੀਆਂ ਵੀ ਕੱਢ ਦਿੱਤੀਆਂ ਨੇ ਅਤੇ ਸਵੇਰੇ 9 ਵਜੇ ਸਾਰਿਆਂ ਨੂੰ ਦਫ਼ਤਰਾਂ ਦੇ ਵਿੱਚ ਪਹੁੰਚਣ ਦੇ ਲਈ ਕਿਹਾ ਹੈ। ਚਰਨਜੀਤ ਸਿੰਘ ਚੰਨੀ ਨੇ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸਵੇਰੇ 9 ਵਜੇ ਆਪਣੇ ਦਫ਼ਤਰਾਂ ਵਿੱਚ ਪਹੁੰਚਣ ਦੀ ਜਿਹੜੀ ਸਖ਼ਤ ਹਦਾਇਤ ਹੈ ਉਹ ਜਾਰੀ ਕਰ ਦਿੱਤੀ ਹੈ। ਕਈ ਅਧਿਕਾਰੀਆਂ ਨੂੰ ਵਧੀਆ ਲੱਗੂਗੀ ਜਿਹੜੇ ਇਮਾਨਦਾਰ ਨੇ ਕੰਮ ਕਰਨਾ ਚਾਹੁੰਦੇ ਨੇ ਲੋਕਾਂ ਦੇ ਲਈ, ਤੇ ਕਈ ਨੱਕ ਬੁੱਲ ਵੀ ਢੇਰ ਰਹੇ ਹੋਣਗੇ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਕੰਮਕਾਜ ਦੇ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਵੀ ਹਦਾਇਤ ਕੀਤੀ ਗਈ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਹਦਾਇਤ ਕੀਤੀ ਹੈ ਕਿ ਸਰਕਾਰੀ ਅਧਿਕਾਰੀ ਹੁਣ ਕੈਂਪ ਦਫ਼ਤਰਾਂ ਤੋਂ ਕੰਮ ਕਰਨ ਦੀ ਥਾਂ ਆਪਣੇ ਸਰਕਾਰੀ ਦਫ਼ਤਰਾਂ ਦੇ ਵਿੱਚ ਹਾਜ਼ਰ ਰਹਿਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਪ੍ਰਸ਼ਾਸਕੀ ਫੇਰਬਦਲ ਹੋਣ ਦੀ ਵੀ ਸੰਭਾਵਨਾ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਵਿਅੰਗਾਤਮਕ ਤਰੀਕੇ ਨਾਲ ਟਵੀਟ ਵੀ ਕੀਤਾ ਕਿ ਹੁਣ ਘਰੋਂ ਨਹੀਂ ਦਫ਼ਤਰਾਂ ਤੋਂ ਹੋਣਗੇ ਸਾਰੇ ਕੰਮ। ਸੋ ਆਪੋ ਆਪਣੇ ਇਲਾਕੇ ਦੇ ਵਿੱਚ, ਆਪੋ ਆਪਣੇ ਸ਼ਹਿਰ ਦੇ ਵਿੱਚ ਜਾ ਕੇ ਤੁਸੀਂ ਵੀ ਇਹ ਚੈੱਕ ਕਰ ਸਕਦੇ ਹੋ, ਰਿਐਲਿਟੀ ਚੈੱਕ ਕਰ ਸਕਦੇ ਹੋ ਕਿ ਕੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਹਿਣ ਦੇ ਉੱਤੇ ਹੁਣ ਸਾਰੇ ਅਧਿਕਾਰੀ ਤੇ ਜਿਹੜੇ ਮੁਲਾਜ਼ਮ ਹੈਗੇ ਨੇ ਉਹ 9 ਵਜੇ ਦਫ਼ਤਰਾਂ ਦੇ ਵਿੱਚ ਪਹੁੰਚ ਜਾਂਦੇ ਨੇ, ਜਾਂ ਫਿਰ ਉਹਨਾਂ ਦੇ ਦਫ਼ਤਰਾਂ ਨੂੰ ਦਰਵਾਜ਼ੇ ਕੁੰਡੇ ਲੱਗੇ ਹੁੰਦੇ ਨੇ, ਜਿੰਦੇ ਲੱਗੇ ਹੁੰਦੇ ਨੇ ਤੇ ਕੁਰਸੀਆਂ ਖਾਲੀ ਪਈਆਂ ਹੁੰਦੀਆਂ ਨੇ, ਇਹ ਤੁਸੀਂ ਖੁਦ ਜਾ ਕੇ ਦੇਖ ਸਕਦੇ ਹੋ। ਇਤਿਹਾਸਿਕ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਦੀ ਗੱਡੀ ਲੰਘੀ ਰਾਤ ਹਾਦਸਾ ਗ੍ਰਸਤ ਹੋ ਗਈ। ਖੜ੍ਹੇ ਟਿੱਪਰ ਦੇ ਵਿੱਚ ਕਹਿੰਦੇ ਜਾ ਟਕਰਾਈ, ਡਰਾਈਵਰ ਹੀ ਉਹਨਾਂ ਦੇ ਨਾਲ ਮੌਜੂਦ ਸੀ ਤੇ ਗੱਡੀ ਦੇ ਵਿੱਚ ਭਾਈ ਸਾਹਿਬ ਉਸ ਵਕਤ ਸੀਟ ਪਿੱਛੇ ਨੂੰ ਕਰਕੇ ਆਰਾਮ ਕਰ ਰਹੇ ਸੀ, ਤਾਂ ਕਹਿੰਦੇ ਸ਼ਾਇਦ ਬਚਾਅ ਜਿਹੜਾ ਉਹ ਹੋ ਗਿਆ। ਇਸ ਵਕਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਸੋਹਾਣਾ ਦੇ ਵਿੱਚ ਉਹ ਜ਼ੇਰੇ ਇਲਾਜ ਨੇ, ਉਹਨਾਂ ਦੀ ਜਿਹੜੀ ਹਾਲਤ ਹੈ ਉਹ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਤਰਨ ਤਾਰਨ ਤੋਂ ਫਤਿਹਗੜ੍ਹ ਸਾਹਿਬ ਜਾ ਰਹੇ ਸੀ, ਕਿਸੇ ਪ੍ਰੋਗਰਾਮ ਤੋਂ ਵਾਪਸ ਜਾ ਰਹੇ ਸੀ। ਮੰਜੀ ਸਾਹਿਬ ਕੋਟਾਂ ਦੇ ਨੇੜੇ ਇਹ ਹਾਦਸਾ ਵਾਪਰਿਆ। ਸਿੱਖ ਸੰਗਤ ਭਾਈ ਹਰਪਾਲ ਸਿੰਘ ਦੀ ਸਿਹਤਯਾਬੀ ਦੇ ਲਈ ਲਗਾਤਾਰ ਅਰਦਾਸਾਂ ਕਰ ਰਹੀ ਹੈ ਤੇ ਉਹਨਾਂ ਨੇ ਵੀ ਸੁਨੇਹਾ ਦਿੱਤਾ ਹੈ ਕਿ ਉਹ ਠੀਕ ਨੇ, ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ। ਇਸ ਕਰਕੇ ਸੰਗਤ ਘਬਰਾਵੇ ਨਾ, ਕਿਉਂਕਿ ਬਹੁਤ ਸਾਰੇ ਜਿਹੜੇ ਫੋਨ ਨੇ ਉਹ ਸੰਗਤ ਦੇ ਉਹਨਾਂ ਨੂੰ ਜਾ ਰਹੇ ਨੇ ਤੇ ਹਸਪਤਾਲ ਦੇ ਵਿੱਚ ਉਹਨਾਂ ਨੂੰ 1-2 ਦਿਨ ਤੱਕ ਛੁੱਟੀ ਮਿਲ ਜਾਏਗੀ। ਮੀਂਹ ਦੀ ਜਾਣਕਾਰੀ ਦੇ ਦਿੰਦੇ ਹਾਂ। ਪੰਜਾਬ ਸਣੇ ਦਿੱਲੀ ਅਤੇ ਕਲਕੱਤੇ ਦੇ ਵਿੱਚ ਭਾਰੀ ਮੀਂਹ ਹੈ ਜਿਹੜਾ ਉਹ ਪਿਆ ਹੈਗਾ। ਪੰਜਾਬ ਦੇ ਵਿੱਚ 1 ਦਿਨ ਪਹਿਲਾਂ ਵੀ ਮੀਂਹ ਕਈ ਸ਼ਹਿਰਾਂ ਦੇ ਵਿੱਚ, ਕਈ ਇਲਾਕਿਆਂ ਦੇ ਵਿੱਚ ਦਰਜ ਕੀਤਾ ਗਿਆ ਅਤੇ ਮੰਗਲਵਾਰ ਸਵੇਰੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਇੱਕਦਮ ਤੇਜ਼ ਹਵਾਵਾਂ ਅਤੇ ਕਾਲੀਆਂ ਘਟਾਵਾਂ ਤੋਂ ਬਾਅਦ ਭਾਰੀ ਮੀਂਹ ਪਿਆ ਅਤੇ ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ ਦੇ ਵਿੱਚ ਵੀ ਮੀਂਹ ਦੀਆਂ ਖਬਰਾਂ ਨੇ ਜਿਹੜੀਆਂ ਉਹ ਆ ਰਹੀਆਂ ਨੇ ਅਤੇ ਕਲਕੱਤੇ ਦੇ ਵਿੱਚ ਐਤਵਾਰ ਤੋਂ ਲੈ ਕੇ ਲਗਾਤਾਰ ਭਾਰੀ ਮੀਂਹ ਪੈ ਰਿਹਾ ਅਤੇ ਉੱਥੇ ਆਮ ਜਨਜੀਵਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ। ਪੱਛਮੀ ਬੰਗਾਲ ਦੀ ਰਾਜਧਾਨੀ ਕਲਕੱਤੇ ਵਿੱਚ ਅਤੇ ਉਸਦੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਕਾਰਨ ਪਾਣੀ ਹੈ ਜਿਹੜਾ ਕਾਫੀ ਭਰ ਗਿਆ। ਬੰਗਾਲ ਦੀ ਖਾੜੀ ਦੇ ਸਮੁੰਦਰ ਤੋਂ ਉੱਠ ਰਹੀਆਂ ਚੱਕਰਵਾਤੀ ਹਵਾਵਾਂ ਦੇ ਕਾਰਨ ਸ਼ਹਿਰ ਦੇ ਵਿੱਚ 100 ਮਿਲੀਮੀਟਰ ਬਾਰਿਸ਼ ਹੈ ਜਿਹੜੀ ਉਹ ਹੋਈ ਹੈ। ਮੌਸਮ ਵਿਭਾਗ ਦੇ ਦੱਸਣ ਦੇ ਮੁਤਾਬਿਕ ਤੇ ਆਉਂਦੇ 1-2 ਦਿਨਾਂ ਤੱਕ ਵੀ ਅਜਿਹਾ ਮੌਸਮ ਰਹਿਣ ਦੀ ਸੰਭਾਵਨਾ ਹੈ। ਪੰਜਾਬ ਦੇ ਵਿੱਚ ਮੌਸਮ ਹੈ ਜਿਹੜਾ ਉਹ ਹੁਣ ਥੋੜ੍ਹਾ ਬਦਲ ਰਿਹਾ, ਕਿਉਂਕਿ ਸਤੰਬਰ ਦਾ ਮਹੀਨਾ ਵੀ ਹੁਣ ਖਤਮ ਹੋ ਚੁੱਲਿਆ। ਅਕਤੂਬਰ ਦੇ ਵਿੱਚ ਤਾਂ ਮੌਸਮ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਂਦਾ ਹੁੰਦਾ, ਗਰਮੀ ਜਾਣੀ ਸ਼ੁਰੂ ਹੋ ਜਾਂਦੀ ਹੈ ਅਤੇ ਠੰਡ ਹੈ ਜਿਹੜੀ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ। ਬਰਤਾਨੀਆ ਨੇ ਭਾਰਤੀਆਂ ਦੇ ਲਈ ਇੱਕ ਸਖ਼ਤ ਸ਼ਰਤ ਹਾਲੇ ਵੀ ਰੱਖੀ ਹੋਈ ਹੈ। ਕੋਵਿਡ ਟੀਕੇ ਲਗਵਾਉਣ ਦੇ ਬਾਵਜੂਦ ਵੀ ਭਾਰਤੀਆਂ ਦੇ ਲਈ ਇਕਾਂਤਵਾਸ ਦੀ ਸ਼ਰਤ ਹੈ ਜਿਹੜੀ ਉਹ ਰੱਖੀ ਹੋਈ ਹੈ। ਇਸ ਤੋਂ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਹੈਰਾਨ ਨੇ, ਉਹਨਾਂ ਨੇ ਬਰਤਾਨੀਆ ਦੀ ਨਵ ਨਿਯੁਕਤ ਵਿਦੇਸ਼ ਮੰਤਰੀ ਐਲਿਜ਼ਾਬੈਥ ਨਾਲ ਮੁਲਾਕਾਤ ਦੌਰਾਨ ਕੋਵਿਡ-19 ਨਾਲ ਸੰਬੰਧਿਤ ਇਕਾਂਤਵਾਸ ਦੇ ਮਸਲੇ ਨੂੰ ਚੁੱਕਿਆ ਅਤੇ ਇਸ ਨੂੰ ਛੇਤੀ ਹੱਲ ਕਰਨ ਦੀ ਮੰਗ ਕੀਤੀ।
ਅਫਗਾਨਿਸਤਾਨ ਦੇ ਹਾਲਾਤ ਅਤੇ ਹਿੰਦ ਪ੍ਰਸ਼ਾਂਤ ਖੇਤਰ ਦੇ ਹਾਲ ਹੀ ਦੇ ਘਟਨਾਕ੍ਰਮ ਬਾਰੇ ਚਰਚਾ ਕੀਤੀ ਤੇ ਇਕਾਂਤਵਾਸ ਵਾਲਾ ਜਿਹੜਾ ਮੁੱਦਾ ਚੁੱਕਿਆ ਹੈ ਉਸ ਤੇ ਬਰਤਾਨੀਆ ਨੇ ਕਿਹਾ ਕਿ ਭਾਰਤ ਆਉਣ ਵਾਲੇ ਯਾਤਰੀ ਚਾਹੇ ਉਹਨਾਂ ਨੇ ਕੋਵਿਡ ਦੇ ਟੀਕੇ ਲਗਵਾਏ ਹੋਣ ਚਾਹੇ ਨਾ ਉਹਨਾਂ ਨੂੰ 10 ਦਿਨਾਂ ਦੇ ਇਕਾਂਤਵਾਸ ਦੇ ਵਿੱਚ ਰਹਿਣਾ ਹੀ ਪਵੇਗਾ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਨਵੇਂ ਮੁੱਖ ਮੰਤਰੀ ਬਣਨ ਤੋਂ ਬਾਅਦ ਅਧਿਕਾਰੀਆਂ ਦੇ ਤਬਾਦਲੇ ਹੋ ਰਹੇ ਨੇ ਪੰਜਾਬ ਸਰਕਾਰ ਨੇ 9 IAS ਅਤੇ 2 PCS ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਕਰ ਦਿੱਤੀਆਂ ਨੇ ਸੋਮਵਾਰ ਨੂੰ ਮੁੱਖ ਮੰਤਰੀ ਦਫ਼ਤਰ ਲਈ ਪ੍ਰਿੰਸੀਪਲ ਸਕੱਤਰ ਅਤੇ ਸਪੈਸ਼ਲ ਪ੍ਰਿੰਸੀਪਲ ਸਕੱਤਰ ਲਾਉਣ ਤੋਂ ਬਾਅਦ ਇਹ ਜਿਹੜੇ 9 ਤੇ 2 11 ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ IAS ਅਧਿਕਾਰੀਆਂ ਤੇਜਵੀਰ ਸਿੰਘ ਅਤੇ ਗੁਰਕਿਰਤ ਕਿਰਪਾਲ ਸਿੰਘ ਨੂੰ ਨਵੀਆਂ ਥਾਵਾਂ ਤੇ ਨਿਯੁਕਤ ਕੀਤਾ ਗਿਆ ਹੈ ਮੋਹਾਲੀ ਦੇ DC ਨੂੰ ਵੀ ਬਦਲ ਦਿੱਤਾ ਗਿਆ ਹੈ ਉਹਨਾਂ ਦੀ ਥਾਂ ਤੇ 2009 ਬੈਚ ਦੀ IAS ਅਧਿਕਾਰੀ ਇਸ਼ਕ ਕਾਲੀਆ ਜੋ ਇਸ ਵਕਤ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਤੇ 71 ਪੰਜਾਬ ਸਕੂਲ ਸਿੱਖਿਆ ਬੋਰਡ ਵਜੋਂ ਤੈਨਾਤ ਨੇ ਉਹਨਾਂ ਨੂੰ ਹੁਣ ਮੋਹਾਲੀ ਦੀ DC ਲਾ ਦਿੱਤਾ ਗਿਆ ਹੈ ਹਾਲਾਂਕਿ ਮੁੱਖ ਮੰਤਰੀ ਦੇ ਚੀਫ ਸੈਕਟਰੀ ਅਤੇ DGP ਨੂੰ ਵੀ ਬਦਲਣ ਦੀ ਚਰਚਾ ਚੱਲ ਰਹੀ ਹੈ ਹਾਲਾਂਕਿ DGP ਦੀ ਨਿਯੁਕਤੀ ਦਾ ਜਿਹੜਾ ਪੇਚ ਉਹ ਫਸਿਆ ਹੋਇਆ ਰਾਹੁਲ ਗਾਂਧੀ ਹੀ ਕਹਿੰਦੇ ਇਸ ਤੇ ਕੋਈ ਆਖਰੀ ਫੈਸਲਾ ਕਰਨਗੇ ਨਵੇਂ DGP ਦੀ ਚੋਣ ਅਤੇ ਪੁਲਿਸ ਪ੍ਰਸ਼ਾਸਨ ਵਿੱਚ ਬਦਲਾਅ ਬਾਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹੋਰ ਸੀਨੀਅਰ ਕਾਂਗਰਸੀ ਲੀਡਰਾਂ ਵਿਚਾਲੇ ਸੋਮਵਾਰ ਰਾਤ ਨੂੰ ਲੰਬੀ ਬੈਠਕ ਹੋਈ ਕਈ ਅਧਿਕਾਰੀਆਂ ਨੂੰ ਸ਼ਾਰਟਲਿਸਟ ਕੀਤਾ ਪਰ ਅੰਤਿਮ ਜਿਹੜਾ ਫੈਸਲਾ ਹੈ ਉਹ ਰਾਹੁਲ ਗਾਂਧੀ ਹੀ ਕਰਨਗੇ ਹਾਲਾਂਕਿ ਨਵੇਂ ਮੁੱਖ ਮੰਤਰੀ ਪੁਲਿਸ ਅਧਿਕਾਰੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ DGP ਲਾਉਣ ਦੇ ਹੱਕ ਵਿੱਚ ਨੇ ਸਹੋਤਾ ਨੇ ਜਿਹੜੀ ਉਹ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਨੇ ਇਸ ਤੋਂ ਇੱਕ ਦਿਨ ਪਹਿਲਾਂ ਚਰਨਜੀਤ ਸਿੰਘ ਚੰਨੀ ਨੇ ਅਨੁਸੂਚਿਤ ਜਾਤੀ ਦੇ IAS ਅਧਿਕਾਰੀ ਹੁਸਨ ਲਾਲ ਨੂੰ ਆਪਣਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਹੈ ਤੇ ਸੂਤਰੇ ਦੱਸਦੇ ਨੇ ਕਿ ਹਾਈਕਮਾਂਡ ਹੈ ਜਿਹੜੀ ਕਾਂਗਰਸ ਹਾਈਕਮਾਂਡ ਉਹ ਜਾਤੀ ਸਮੀਕਰਨ ਦੇ ਵਿੱਚ ਸੰਤੁਲਨ ਚਾਹੁੰਦੀ ਹੈ ਇਹ ਨਹੀਂ ਕਿ ਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਾ ਦਿੱਤਾ ਗਿਆ ਹੈ ਤਾਂ ਸਾਰੇ ਜਿਹੜੇ ਅਧਿਕਾਰੀ ਜਾਂ ਫਿਰ ਮੰਤਰੀ ਉਸ ਭਾਈਚਾਰੇ ਦੇ ਹੀ ਲਾਏ ਜਾਣਗੇ ਤੇ ਹੁਣ ਤਾਜ਼ਾ ਫੇਰਬਦਲ ਦੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਿੰਸੀਪਲ ਸਕੱਤਰ ਰਹੇ ਤੇਜਵੀਰ ਸਿੰਘ ਅਤੇ ਗੁਰਕਿਰਤ ਕਿਰਪਾਲ ਸਿੰਘ ਨੂੰ ਬਦਲ ਕੇ ਲੜੀਵਾਰ ਪ੍ਰਿੰਸੀਪਲ ਸੈਕਟਰੀ ਸਾਇੰਸ ਟੈਕਨੋਲੋਜੀ ਤੇ ਸੈਕਟਰੀ ਫੂਡ ਸਪਲਾਈ ਲਾ ਦਿੱਤਾ ਗਿਆ ਹੈ ਜਿਹੜੇ ਹੋਰਨਾਂ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਉਹਨਾਂ ਦੇ ਵਿੱਚ ਕਮਲ ਕਿਸ਼ੋਰ ਯਾਦਵ ਮੁਹੰਮਦ ਤੈਯਬ ਸੁਮੀਤ ਜਰੰਗਲ ਈਸ਼ਾ ਕਾਲੀਆ ਹਰਪ੍ਰੀਤ ਸਿੰਘ ਸੂਦਨ SA ਪਾਰੇ ਦਾ ਨਾਮ ਸ਼ਾਮਿਲ ਹੈ ਮਨਕਮਲ ਸਿੰਘ ਚਾਹਲ ਅਤੇ ਅਨਿਲ ਗੁਪਤਾ ਨੂੰ ਵੀ ਬਦਲ ਦਿੱਤਾ ਗਿਆ ਹੈ ਮਨਕਮਲ ਸਿੰਘ ਚਾਹਲ ਮੁੱਖ ਮੰਤਰੀ ਦੇ ਡਿਪਟੀ ਪ੍ਰਿੰਸੀਪਲ ਸੈਕਟਰੀ ਲਾ ਦਿੱਤੇ ਗਏ ਨੇ ਐਤਵਾਰ ਨੂੰ ਜਦੋਂ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਹੋਣਾ ਸੀ ਤਾਂ ਅੰਬਿਕਾ ਸੋਨੀ ਨੂੰ ਵੀ ਕਹਿੰਦੇ ਪੇਸ਼ਕਸ਼ ਕੀਤੀ ਗਈ ਸੀ ਪਰ ਅੰਬਿਕਾ ਸੋਨੀ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੇ ਕੋਈ ਸਿੱਖ ਚਿਹਰਾ ਹੀ ਬਿਰਾਜਮਾਨ ਹੋਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਦੇ ਵਿੱਚ ਇੱਕ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਾਏ ਸੀ ਕਿ ਜਦੋਂ ਅਸੀਂ ਦਿੱਲੀ ਦੇ ਵਿੱਚ ਰੋਸ ਮਾਰਚ ਕੱਢਿਆ ਸੀ 17 ਸਤੰਬਰ ਨੂੰ ਤਾਂ 16 ਸਤੰਬਰ ਦੀ ਰਾਤ ਨੂੰ ਜਿਹੜੇ ਸਾਡੇ ਵਰਕਰ ਪੰਜਾਬ ਤੋਂ ਦਿੱਲੀ ਨੂੰ ਜਾ ਰਹੇ ਸੀ ਉਹਨਾਂ ਨੂੰ ਬਾਰਡਰਾਂ ਦੇ ਉੱਤੇ ਰੋਕ ਕੇ ਜ਼ਲੀਲ ਕੀਤਾ ਗਿਆ ਅਤੇ ਬਹੁਤ ਹੀ ਬੁਰਾ ਵਰਤਾਓ ਉਹਨਾਂ ਦੇ ਨਾਲ ਕੀਤਾ ਗਿਆ ਇਸ ਲਈ ਕਿਸਾਨ ਜਵਾਬ ਦੇਣ ਉਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਚੰਡੀਗੜ੍ਹ ਦੇ ਵਿੱਚ ਆ ਕੇ ਹੀ ਜਵਾਬ ਦਿੱਤਾ ਹੈ ਰਾਜੇਵਾਲ ਨੇ ਕਿਹਾ ਕਿ ਇੱਕ ਦਿਨ ਪਹਿਲਾਂ ਹੋਈ ਪ੍ਰੈਸ ਕਾਨਫਰੰਸ ਦੇ ਵਿੱਚ ਅਕਾਲੀ ਦਲ ਨੇ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦਕਿ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਕਾਲੀ ਦਲ ਦੇ ਅਧਿਕਾਰੀ ਮੇਰੇ ਨਾਲ ਸੰਪਰਕ ਵਿੱਚ ਰਹੇ ਨੇ ਉਹਨਾਂ ਦਾਅਵਾ ਕੀਤਾ ਕਿ ਸਾਡੇ ਕੋਲ ਇੱਕ ਵੀਡੀਓ ਵੀ ਹੈ ਜਦੋਂ ਅਕਾਲੀ ਲੀਡਰਾਂ ਦੇ ਅਕਾਲੀ ਦਲ ਦੇ ਲੀਡਰ ਵਾਹਨਾਂ ਦੇ ਵਿੱਚ ਸ਼ਰਾਬ ਰੱਖ ਕੇ ਲਿਜਾ ਰਹੇ ਸੀ ਪਰ ਅਸੀਂ ਇਸ ਨੂੰ ਜਨਤਕ ਨਹੀਂ ਕਰ ਰਹੇ ਉਹਨਾਂ ਕਿਹਾ ਕਿ ਜੇ ਅਕਾਲੀ ਦਲ ਸਾਡਾ ਹਮਾਇਤੀ ਹੁੰਦਾ ਤਾਂ ਉਹ ਪ੍ਰੈਸ ਕਾਨਫਰੰਸ ਨਾ ਕਰਦਾ ਸਾਡੇ ਨਾਲ ਸਿੱਧੀ ਗੱਲਬਾਤ ਕਰਦਾ ਸਾਨੂੰ ਅਕਾਲੀ ਦਲ ਦੇ ਇਸ ਵਤੀਰੇ ਤੇ ਅਫਸੋਸ ਹੈ ਕਿਉਂਕਿ ਇਸ ਨੇ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਰਾਜੇਵਾਲ ਨੇ ਇਹ ਵੀ ਕਿਹਾ ਕਿ ਜਿਹੜੇ ਲੋਕਾਂ ਨੇ ਵਿਰੋਧ ਕੀਤਾ ਉਹਨਾਂ ਨੇ ਕਿਸਾਨਾਂ ਦਾ ਕੋਈ ਝੰਡਾ ਨਹੀਂ ਚੁੱਕਿਆ ਸੀ ਅਕਾਲੀ ਦਲ ਦਾ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਬੇਅਦਬੀ ਦਾ ਕੋਈ ਜਵਾਬ ਨਹੀਂ ਮਿਲਿਆ ਨਾ ਹੀ ਰਾਮ ਰਹੀਮ ਨਾਲ ਸੰਬੰਧਾਂ ਦਾ ਜਵਾਬ ਮਿਲਿਆ ਸੋ ਇਹ ਜਿਹੜੇ ਵੱਡੇ ਹਮਲੇ ਨੇ ਉਹ ਹੁਣ ਰਾਜੇਵਾਲ ਨੇ ਅਕਾਲੀ ਦਲ ਤੇ ਕੀਤੇ ਨੇ ਸਾਨੂੰ ਇਹ ਉਮੀਦ ਨਹੀਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਇਸ ਤਰ੍ਹਾਂ ਦਾ ਅਟੈਕ ਸਾਡੇ ਤੇ ਕਰੇਗਾ ਜੇ ਸਾਡੇ ਹਮਾਇਤੀ ਹੁੰਦੇ ਸ਼੍ਰੋਮਣੀ ਅਕਾਲੀ ਦਲ ਵਾਲੇ ਉਹਨਾਂ ਦੇ ਮਨ ਵਿੱਚ ਸਤਿਕਾਰ ਹੁੰਦਾ ਕਿਸਾਨਾਂ ਦੇ ਮੋਰਚੇ ਦਾ ਤਾਂ ਇਹ ਕੰਮ ਕਰਨ ਵਾਲਾ ਕਰ ਨਹੀਂ ਸੀ ਸਕਦੇ ਸਾਡੇ ਨਾਲ ਬੈਠ ਕੇ ਗੱਲ ਕਰ ਸਕਦੇ ਸੀ ਅਸੀਂ ਜਵਾਬਦੇ ਸੀ ਫਿਰ ਵੀ ਜੇ ਕਿਸੇ ਨੂੰ ਕਸ਼ਟ ਹੋਇਆ ਮੈਂ ਤੈਨੂੰ ਮਾਫ਼ੀ ਵੀ ਮੰਗਦਾ ਮੋਗਾ ਰੈਲੀ ਤੋਂ ਬਾਅਦ ਇੰਨੀਆਂ ਗੰਦੀਆਂ ਗਾਲਾਂ ਮੈਨੂੰ ਕੱਢਦਾ ਇਹਨਾਂ ਦਾ ਜਿਹੜਾ ਮੀਡੀਆ IT ਸੈੱਲ ਹੈ ਔਰ SOI ਵਾਲੇ ਅਤੇ ਮੈਂ ਤਾਂ ਇਹਨਾਂ ਨੂੰ ਕਦੇ ਉਲਾਂਭਾ ਨਹੀਂ ਦਿੱਤਾ ਅਸੀਂ ਤਾਂ ਇਮਿਊਨ ਹੋ ਗਏ ਇਹਨਾਂ ਗੱਲਾਂ ਤੋਂ ਵੀ ਮੋਰਚਾ ਚਲਾਉਣਾ ਬਾਕੀ ਗੱਲਾਂ ਇੱਕ ਗੱਲ ਸੁਣੋ ਦੂਏ ਗੱਲ ਕੱਢ ਲਓ ਆਪਣੀ ਐਨਰਜੀ ਵੇਸਟ ਨਾ ਕਰੋ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਵੀ ਸੱਚੀ ਮੁੱਚੀ ਜੇ ਤੁਹਾਨੂੰ ਕਿਸਾਨੀ ਦਾ ਦਰਦ ਹੈ ਜਿਹੜਾ ਹੁਣ ਅੱਜ ਦੀ ਡੇਟ ਵਿੱਚ ਲੱਗਦਾ ਨਹੀਂ ਤਾਂ ਉਹ ਦਰਦ ਦਾ ਅਹਿਸਾਸ ਕਿਸਾਨਾਂ ਨੂੰ ਕਰਾਓ ਤੁਹਾਨੂੰ ਆਪਣੇ ਆਪ ਪਿੰਡਾਂ 'ਚੋਂ ਘੇਰ ਉੱਤੇ ਹਟ ਜਾਣਗੇ ਲੋਕ ਸਾਡਾ ਕੋਈ ਪ੍ਰੋਗਰਾਮ ਨਹੀਂ ਇਹਨਾਂ ਨੂੰ ਪਿੰਡਾਂ 'ਚ ਘੇਰਨ ਦਾ ਲੋਕੀ ਉਹ ਇੰਨੇ ਭਰੇ ਪਏ ਨੇ ਇਹਨਾਂ ਦੇ ਵਿਰੁੱਧ ਅਤੇ ਉਹ ਇਹਨਾਂ ਤੋਂ ਜਵਾਬ ਮੰਗਦੇ ਨੇ ਇਹਨਾਂ ਨਾਲ ਝਗੜਾ ਹੋ ਜਾਂਦਾ ਇਹ ਨਾਂ ਲਾਉਂਦੇ ਨੇ ਮੋਰਚੇ ਦੇ
ਸੋਮਵਾਰ ਨੂੰ ਹੁਸ਼ਿਆਰਪੁਰ ਦੀ ਸਬਜ਼ੀ ਮੰਡੀ ਦੇ ਵਿੱਚੋਂ ਅਗਵਾ ਕੀਤਾ ਗਿਆ ਨੌਜਵਾਨ ਮੁੰਡਾ ਤੜਕੇ ਮੰਗਲਵਾਰ ਨੂੰ ਸਵੇਰੇ ਕਰੀਬ 4 ਵਜੇ ਪੁਲਿਸ ਸੁਰੱਖਿਆ ਹੇਠ ਵਾਪਸ ਆਪਣੇ ਘਰ ਪਹੁੰਚ ਗਿਆ। ਪੁਲਿਸ ਮੁਤਾਬਕ ਅਗਵਾਕਾਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜੈਪਾਲ ਐਂਡ ਰਾਜਨ ਫਰੂਟ ਕੰਪਨੀ ਦੇ ਮਾਲਕ ਜਸਪਾਲ ਦਾ 22 ਸਾਲ ਦਾ ਪੁੱਤਰ ਰਾਜਨ ਸੋਮਵਾਰ ਤੜਕੇ 4:30 ਵਜੇ ਸਬਜ਼ੀ ਮੰਡੀ ਸਥਿਤ ਆਪਣੀ ਦੁਕਾਨ ਤੇ ਕਾਰ 'ਚ ਉਤਰਿਆ ਸੀ। ਉਦੋਂ ਹੀ ਉਸਨੂੰ ਅਗਵਾ ਕਰ ਲਿਆ ਸੀ ਤੇ ਅਗਵਾਕਾਰਾਂ ਨੇ 2 ਕਰੋੜ ਦੀ ਫਿਰੌਤੀ ਮੰਗੀ ਸੀ, ਪਰ ਪੁਲਿਸ ਨੇ ਜਲਦੀ ਅਗਵਾਕਾਰਾਂ ਨੂੰ ਲੱਭ ਲਿਆ ਤੇ ਕਾਮਯਾਬ ਹੋ ਗਈ ਹੈ ਮੁੰਡੇ ਨੂੰ ਆਪਣੇ ਘਰ ਪਹੁੰਚਾਉਣ ਦੇ ਵਿੱਚ ਸਹੀ ਸਲਾਮਤ। ਨੈਣਾ ਦੇਵੀ ਤੋਂ ਮੱਥਾ ਟੇਕ ਕੇ ਆ ਰਹੇ ਸ਼ਰਧਾਲੂਆਂ ਦੇ ਨਾਲ ਵੱਡਾ ਹਾਦਸਾ ਵਾਪਰਿਆ ਹੈ। ਸ੍ਰੀ ਅਨੰਦਪੁਰ ਸਾਹਿਬ ਨੈਣਾ ਦੇਵੀ ਰੋਡ ਤੇ ਇੱਕ ਵੱਡਾ ਹਾਦਸਾ ਉਦੋਂ ਵਾਪਰਿਆ ਜਦੋਂ ਭਾਰੀ ਮੀਂਹ ਦੌਰਾਨ ਨੈਣਾ ਦੇਵੀ ਦੇ ਦਰਸ਼ਨਾਂ ਤੋਂ ਬਾਅਦ ਸੰਗਤ ਮੁੜ ਆਪਣੇ ਘਰ ਨੂੰ ਆ ਰਹੀ ਸੀ। ਚੱਲਦੀ ਕਾਰ ਉੱਤੇ 2 ਵੱਡੇ ਰੁੱਖ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ। ਕਾਰ ਸਵਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਸਥਾਨਕ ਲੋਕਾਂ ਨੇ ਉਹਨਾਂ ਨੂੰ ਤੁਰੰਤ ਭਾਈ ਜੈਤਾ ਜੀ ਹਸਪਤਾਲ ਅਨੰਦਪੁਰ ਸਾਹਿਬ ਦਾਖਲ ਕਰਵਾਇਆ। ਭਾਰੀ ਰੁੱਖ ਡਿੱਗਣ ਦਾ ਕਾਰਨ ਮੀਂਹ ਹੀ ਦੱਸਿਆ ਜਾ ਰਿਹਾ ਹੈ, ਕਿਉਂਕਿ ਦਰਖਤ ਜੜ੍ਹਾਂ ਸਮੇਤ ਮਿੱਟੀ ਪੋਲੀ ਹੋਣ ਕਾਰਨ ਸੜਕ ਵਾਲੀ ਸਾਈਡ ਨੂੰ ਹੀ ਡਿੱਗ ਗਿਆ, ਜਿਸ ਦੇ ਥੱਲੇ ਇਨੋਵਾ ਗੱਡੀ ਆ ਗਈ ਤੇ ਮੌਕੇ ਤੇ ਗੱਡੀ ਦੀ ਛੱਤ ਵੀ ਦੱਬੀ ਗਈ। ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰ ਸਵਾਰ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਨਾਲ ਹੀ ਸਥਾਨਕ ਲੋਕ ਵੀ ਪਹੁੰਚੇ। ਗੱਡੀ ਨੂੰ ਸਾਈਡ ਤੇ ਕਰਨ ਲਈ ਵੱਡੀ ਮਸ਼ੀਨ ਦਾ ਇਸਤੇਮਾਲ ਕੀਤਾ ਗਿਆ। ਇਸ ਹਾਦਸੇ ਦਰਮਿਆਨ ਅੱਧਾ ਘੰਟਾ ਲਈ ਸੜਕ ਤੇ ਜਾਮ ਲੱਗਿਆ ਰਿਹਾ। ਕਾਰ ਸਵਾਰ ਵਿਅਕਤੀ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਵਾਸੀ ਨੇ, ਨੈਣਾ ਦੇਵੀ ਤੋਂ ਮੱਥਾ ਟੇਕਣ ਤੋਂ ਬਾਅਦ ਆਪਣੇ ਘਰ ਵਾਪਸ ਜਾ ਰਹੇ ਸੀ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਸੱਟਾਂ ਫੇਟਾਂ ਸਾਰਿਆਂ ਦੇ ਜ਼ਰੂਰ ਲੱਗੀਆਂ ਨੇ। ਉਧਰ ਜੰਮੂ ਕਸ਼ਮੀਰ ਦੇ ਉਧਮਪੁਰ ਜ਼ਿਲ੍ਹੇ ਦੇ ਵਿੱਚ ਵੀ ਮੰਗਲਵਾਰ ਸਵੇਰੇ ਥਲ ਸੈਨਾ ਦੇ ਹੈਲੀਕਾਪਟਰ ਦੇ ਨਾਲ ਹਾਦਸਾ ਵਾਪਰਿਆ ਜਦੋਂ ਹੈਲੀਕਾਪਟਰ ਥੱਲੇ ਡਿੱਗ ਗਿਆ। ਜ਼ਿਲ੍ਹੇ ਦੇ ਸ਼ਿਵਗੜ੍ਹ ਧਾਰ ਇਲਾਕੇ ਦੇ ਵਿੱਚ ਸਵੇਰੇ 10:30 ਵਜੇ ਤੋਂ ਲੈ ਕੇ 11:15 ਵਜੇ ਦੇ ਵਿਚਕਾਰ ਇਹ ਹਾਦਸਾ ਵਾਪਰਿਆ। ਸਥਾਨਕ ਲੋਕਾਂ ਨੇ ਹੈਲੀਕਾਪਟਰ ਦੇ ਵਿੱਚੋਂ ਦੋਵਾਂ ਜ਼ਖਮੀ ਪਾਇਲਟਾਂ ਨੂੰ ਬਾਹਰ ਕੱਢਿਆ ਤੇ ਹਸਪਤਾਲ ਵੀ ਪਹੁੰਚਾਇਆ, ਪਰ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ। ਪਾਇਲਟ ਤੇ ਕੋ ਪਾਇਲਟ ਨੂੰ ਨਹੀਂ ਬਚਾਇਆ ਜਾ ਸਕਿਆ, ਕਿਉਂਕਿ ਬਹੁਤ ਗੰਭੀਰ ਜ਼ਖਮੀ ਹੋ ਗਏ ਸੀ। ਘਟਨਾ ਦਾ ਕਾਰਨ ਇੱਥੇ ਵੀ ਭਾਰੀ ਮੀਂਹ ਅਤੇ ਧੁੰਦ ਨੂੰ ਦੱਸਿਆ ਜਾ ਰਿਹਾ ਹੈ, ਪਰ ਹਾਲੇ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ। ਰੱਖਿਆ ਮੰਤਰਾਲੇ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਮੁਟਿਆਰਾਂ ਨੂੰ NDA ਪ੍ਰੀਖਿਆ ਦੇਣ ਦੀ ਇਜਾਜ਼ਤ ਦੇਣ ਵਾਲਾ ਨੋਟੀਫਿਕੇਸ਼ਨ ਅਗਲੇ ਸਾਲ ਮਈ ਤੱਕ ਜਾਰੀ ਕਰ ਦਿੱਤਾ ਜਾਏਗਾ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇੱਕ ਬੜੀ ਅਹਿਮ ਟਿੱਪਣੀ ਕੀਤੀ ਹੈ ਬੋਲਣ ਦੇ ਉੱਤੇ। ਅਦਾਲਤ ਨੇ ਕਿਹਾ ਕਿ ਬੋਲਣ ਦੀ ਆਜ਼ਾਦੀ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਧਰਮ ਜਾਂ ਫਿਰ ਕਿਸੇ ਗਰੁੱਪ ਦੇ ਲਈ ਕਿਸੇ ਸਮੂਹ ਦੇ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ। ਦਰਅਸਲ ਅਦਾਲਤ ਨੇ ਹੁਸ਼ਿਆਰਪੁਰ ਦੇ ਇੱਕ ਕੇਸ ਦੀ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ ਹੈ। ਮੁਲਜ਼ਮ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਲਈ ਜਾਤੀ ਸੂਚਕ ਸ਼ਬਦ ਵਰਤੇ ਸੀ। ਅਦਾਲਤ ਨੇ ਦੂਜੀ ਵਾਰੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ। ਮੁਲਜ਼ਮ ਨੇ ਨਾਮ ਬਦਲ ਕੇ ਨਵੀਂ ID ਰਾਹੀਂ ਅਪਮਾਨਜਨਕ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ। ਮੁਲਜ਼ਮ ਹਾਲੇ ਫਰਾਰ ਹੈ। ਕਈ ਕੋਸ਼ਿਸ਼ਾਂ ਦੇ ਬਾਵਜੂਦ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ, ਜਿਸ ਕਾਰਨ ਅਦਾਲਤ ਮੁਤਾਬਕ ਇਹ ਕੇਸ ਜ਼ਮਾਨਤ ਦੇ ਲਈ ਜਾਂਚਿਆ ਹੀ ਨਹੀਂ ਜਾ ਸਕਦਾ। ਨਾਲੇ ਬੋਲਣ ਦੀ ਆਜ਼ਾਦੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਨੂੰ ਕੁਛ ਵੀ ਕਹਿ ਦਿਓਗੇ। ਚੰਡੀਗੜ੍ਹ ਦੇ ਵਿੱਚ ਸੁਖਨਾ ਝੀਲ ਦਾ ਪਾਣੀ ਖਤਰੇ ਦੇ ਨਿਸ਼ਾਨ ਤੱਕ ਪਹੁੰਚਣ ਕਾਰਨ ਫਲੱਡ ਗੇਟ ਖੋਲ੍ਹ ਦਿੱਤਾ ਗਿਆ ਹੈ। ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 1,163 ਫੁੱਟ ਤੱਕ ਪਹੁੰਚ ਗਿਆ। ਇਸ ਕਰਕੇ UT ਪ੍ਰਸ਼ਾਸਨ ਨੇ ਮੰਗਲਵਾਰ ਸਵੇਰੇ 10:30 ਵਜੇ ਇੱਕ ਫਲੱਡ ਗੇਟ ਮੁੜ ਖੋਲ੍ਹ ਦਿੱਤਾ। ਇਸ ਸਾਲ ਵੱਧ ਮੀਂਹ ਕਾਰਨ ਤੀਜੀ ਵਾਰੀ ਹੁਣ ਤੱਕ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਗਏ ਨੇ। ਸੁਖਨਾ ਦੇ ਵਿੱਚ ਖਤਰੇ ਦਾ ਨਿਸ਼ਾਨ 1,163 ਫੁੱਟ 'ਤੇ ਹੈ। 9 ਅਗਸਤ ਨੂੰ ਵੀ ਪਾਣੀ ਦਾ ਪੱਧਰ ਜਦੋਂ ਪਹੁੰਚ ਗਿਆ ਸੀ ਖਤਰੇ ਦੇ ਨਿਸ਼ਾਨ ਤੱਕ, ਉਦੋਂ ਵੀ ਫਲੱਡ ਗੇਟ ਖੋਲ੍ਹੇ ਗਏ ਸੀ। 2020 ਦੇ ਵਿੱਚ ਵੀ ਪਾਣੀ ਵਧਣ ਕਰਕੇ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਗਏ ਸੀ। ਕੈਨੇਡਾ ਦੇ ਚੋਣ ਨਤੀਜੇ ਦੱਸ ਦਈਏ ਤਾਂ ਬਹੁਮਤ ਭਾਵੇਂ ਨਹੀਂ ਮਿਲੇਗਾ, ਪਰ ਫਿਰ ਵੀ ਜਸਟਿਨ ਟਰੂਡੋ ਇਸ ਵਾਰ ਮੁੜ ਤੀਜੀ ਵਾਰੀ ਆਪਣੀ ਸਰਕਾਰ ਬਣਾਉਣਗੇ। ਜਗਮੀਤ ਸਿੰਘ ਕਿੰਗ ਮੇਕਰ ਬਣਨਗੇ। ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਦੀ ਤੀਜੀ ਵਾਰੀ ਸਰਕਾਰ ਬਣੇਗੀ, ਪਰ ਇਹ ਘੱਟ ਗਿਣਤੀ ਹੋਏਗੀ ਕਿਉਂਕਿ ਲਿਬਰਲ ਪਾਰਟੀ ਨੂੰ ਬਹੁਮਤ ਪੂਰਾ ਹਾਸਲ ਨਹੀਂ ਹੋਇਆ। ਸੰਸਦੀ ਚੋਣਾਂ ਦੇ ਵਿੱਚ ਲਿਬਰਲ ਪਾਰਟੀ ਨੂੰ 338 ਵਿੱਚੋਂ 156 ਸੀਟਾਂ ਮਿਲੀਆਂ ਨੇ। ਚੋਣਾਂ ਦਾ ਨਤੀਜਾ 2 ਸਾਲ ਪਹਿਲਾਂ ਹੋਈਆਂ ਚੋਣਾਂ ਵਰਗਾ ਹੀ ਲੱਗਦਾ ਹੈ। 2019 ਦੇ ਵਿੱਚ ਲਿਬਰਲ ਪਾਰਟੀ ਨੂੰ 157 ਸੀਟਾਂ ਮਿਲੀਆਂ ਸੀ। ਹਾਊਸ ਆਫ ਕਾਮਨਸ ਦੇ ਵਿੱਚ ਬਹੁਮਤ ਦੇ ਲਈ 170 ਸੀਟਾਂ ਦੀ ਲੋੜ ਹੁੰਦੀ ਹੈ 338 ਦੇ ਵਿੱਚੋਂ। ਟਰੂਡੋ ਬਹੁਮਤ ਤੋਂ 14 ਸੀਟਾਂ ਪਿੱਛੇ ਨੇ, ਇਸ ਕਰਕੇ ਹੁਣ ਜਗਮੀਤ ਸਿੰਘ ਕਿੰਗ ਮੇਕਰ ਬਣਨਗੇ। NDP ਪਾਰਟੀ ਨੂੰ ਇਸ ਵਾਰੀ ਜਿਹੜੀਆਂ ਸੀਟਾਂ ਨੇ ਉਹ 27-28 ਦੇ ਲਗਭਗ ਮਿਲੀਆਂ ਨੇ। ਪਿਛਲੀ ਵਾਰੀ ਇਹ ਸੀਟਾਂ 24 ਸੀਗੀਆਂ। ਕੰਜ਼ਰਵੇਟਿਵ ਪਾਰਟੀ ਹੈ ਜਿਹੜੀ ਮੁੱਖ ਵਿਰੋਧੀ ਪਾਰਟੀ, ਉਸਨੂੰ 121 ਸੀਟਾਂ ਮਿਲੀਆਂ ਨੇ ਤੇ ਪਿਛਲੀ ਵਾਰੀ ਵੀ ਇੰਨੀਆਂ ਹੀ ਸੀਟਾਂ ਕੰਜ਼ਰਵੇਟਿਵ ਪਾਰਟੀ ਨੂੰ ਮਿਲੀਆਂ ਸੀ। ਤੇ ਇਸ ਵਾਰ ਕੈਨੇਡਾ ਦੀਆਂ ਚੋਣਾਂ ਦੇ ਵਿੱਚ 17 ਪੰਜਾਬੀਆਂ ਨੇ ਜਿੱਤ ਦਰਜ ਕੀਤੀ ਹੈ।
47 ਪੰਜਾਬੀਆਂ ਨੇ ਇਸ ਵਾਰੀ ਚੋਣ ਮੈਦਾਨ ਦੇ ਵਿੱਚ ਆਪਣੀ ਕਿਸਮਤ ਅਜ਼ਮਾਈ ਸੀ ਤੇ ਇਸ ਵਾਰੀ ਸਤਾਰਾਂ ਨੇ ਜਿੱਤ ਹਾਸਲ ਕੀਤੀ ਹੈ। ਇਹਨਾਂ ਵਿੱਚ ਜਗਮੀਤ ਸਿੰਘ, ਸਾਬਕਾ ਮੰਤਰੀ ਟਿਮ ਉੱਪਲ, ਤਿੰਨ ਮੌਜੂਦਾ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ ਤੇ ਅਨੀਤਾ ਆਨੰਦ ਸ਼ਾਮਲ ਨੇ। ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੈਨਕੂਵਰ ਦੱਖਣੀ ਤੋਂ ਕੰਜ਼ਰਵੇਟਿਵ ਪਾਰਟੀ ਦੇ ਸੁਖਬੀਰ ਗਿੱਲ ਨੂੰ ਹਰਾ ਕੇ ਮੁੜ ਜਿੱਤ ਹਾਸਲ ਕੀਤੀ ਹੈ। ਬਰਦੀਸ਼ ਚੱਗਰ ਨੇ ਆਪਣੀ ਵਾਟਰਲੂ ਸੀਟ ਬਰਕਰਾਰ ਰੱਖੀ ਤੇ ਆਨੰਦ ਨੇ ਵੀ ਉਕ ਵੇਲੇ ਸੀਟ ਹੈ ਜਿਹੜੀ ਉਹ ਹੱਥੋਂ ਨਹੀਂ ਜਾਣ ਦਿੱਤੀ। ਐਨਡੀਪੀ ਲੀਡਰ ਜਗਮੀਤ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਰਨਬੀ ਸਾਊਥ ਸੀਟ ਹੈ ਜਿਹੜੀ ਉਹ ਜਿੱਤ ਲਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤਿੰਨ ਵਾਰੀ ਲਿਬਰਲ ਪਾਰਟੀ ਦੇ ਐਮਪੀ ਸੁੱਖ ਧਾਲੀਵਾਲ ਨੇ ਐਨਡੀਪੀ ਦੇ ਅਵਨੀਤ ਜੌਹਲ ਨੂੰ ਹਰਾ ਕੇ ਸਰੀ ਨਿਊਟਨ ਸੀਟ ਹੈ ਜਿਹੜੀ ਉਸ ਤੇ ਜਿੱਤ ਦਰਜ ਕੀਤੀ ਹੈ। ਦੋ ਵਾਰੀ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਵੀ ਐਨਡੀਪੀ ਦੀ ਸੋਨੀਆ ਆਂਧੀ ਨੂੰ ਹਰਾ ਕੇ ਸਰੀ ਸੈਂਟਰ ਦੀ ਸੀਟ ਜਿੱਤ ਲਈ ਹੈ। ਕਿਊਬੈਕ ਦੇ ਵਿੱਚ ਇੰਡੋ ਕੈਨੇਡੀਅਨ ਅੰਜੂ ਢਿੱਲੋਂ ਨੇ ਡੋਰਵਾਲ ਲੈਚਿਨ ਲਾਸਲੇ ਸੀਟ ਹੈ ਜਿਹੜੀ ਉਹ ਜਿੱਤ ਲਈ ਹੈ। ਕੰਜ਼ਰਵੇਟਿਵ ਪਾਰਟੀ ਦੇ ਲਈ ਐਡਮੰਟਨ ਮਿਲ ਵੁੱਡਸ ਸੀਟ ਤੋਂ ਮੁੜ ਜਿੱਤ ਗਏ ਨੇ। ਓਨਟੈਰੀਓ ਦੇ ਵਿੱਚ ਬ੍ਰੈਮਟਨ ਵਿੱਚ ਚਾਰ ਮੌਜੂਦਾ ਸੰਸਦ ਮੈਂਬਰਾਂ ਮਨਿੰਦਰ ਸਿੱਧੂ, ਰੂਬੀ ਸਹੋਤਾ, ਸੋਨੀਆ ਸਿੱਧੂ ਤੇ ਕਮਲ ਖੇੜਾ ਵੀ ਜਿੱਤ ਗਏ ਨੇ। ਤੇ ਇਹ ਸਾਰੇ ਸੰਸਦ ਮੈਂਬਰ ਨੇ ਜਿਹੜੇ ਉਹ ਲਿਬਰਲ ਪਾਰਟੀ ਦੇ ਨਾਲ ਸੰਬੰਧਿਤ ਨੇ ਤੇ ਮਨਿੰਦਰ ਸਿੱਧੂ ਜਿਹੜੇ ਕਿ ਜਲੰਧਰ ਜ਼ਿਲ੍ਹੇ ਦੇ ਕਸਬਾ ਮਲਸੀਆਂ ਦੇ ਨਰਿੰਦਰ ਸਿੰਘ ਸਿੱਧੂ ਦੇ ਪੁੱਤਰ ਨੇ, ਉਹ ਵੀ ਬ੍ਰੈਮਟਨ ਈਸਟ ਤੋਂ ਦੂਸਰੀ ਵਾਰੀ ਐਮਪੀ ਬਣੇ ਨੇ ਤੇ ਮਲਸੀਆਂ ਪਿੰਡ ਦੇ ਲੋਕਾਂ ਨੂੰ ਇਸ ਜਿੱਤ ਤੇ ਬਹੁਤ ਮਾਣ ਹੈ ਤੇ ਇੱਥੇ ਲੋਕ ਖੁਸ਼ੀਆਂ ਮਨਾ ਰਹੇ ਨੇ। ਭਾਰਤ ਦੀਆਂ 13 ਹਾਈਕੋਰਟਾਂ ਨੂੰ ਨਵੇਂ ਚੀਫ ਜਸਟਿਸ ਮਿਲਣਗੇ। ਚੀਫ ਜਸਟਿਸ ਐਨ ਵੀ ਰਮੰਨਾ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਕੋਲੀਜੀਅਮ ਨੇ ਕੇਂਦਰ ਨੂੰ ਤਰੱਕੀ ਦੇ ਲਈ 8 ਨਾਵਾਂ ਦੀ ਸਿਫਾਰਿਸ਼ ਕੀਤੀ ਹੈ, ਜਿਨ੍ਹਾਂ ਦੇ ਵਿੱਚ ਕਲਕੱਤਾ ਹਾਈਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਜਸਟਿਸ ਰਾਜੇਸ਼ ਬਿੰਦਲ ਦਾ ਨਾਮ ਸ਼ਾਮਲ ਹੈ। ਕੋਲੀਜੀਅਮ ਨੇ 5 ਮੁੱਖ ਜੱਜਾਂ ਨੂੰ ਵੱਖ ਵੱਖ ਹਾਈਕੋਰਟਾਂ ਵਿੱਚ ਤਬਦੀਲ ਕਰਨ ਦੀ ਸਿਫਾਰਿਸ਼ ਵੀ ਕੀਤੀ ਹੈ। ਅਫਗਾਨਿਸਤਾਨ ਤੋਂ ਇੱਕ ਖਬਰ ਹੈ ਜਿੱਥੇ ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਜਿੰਨਾ ਜਲਦੀ ਸੰਭਵ ਹੋਵੇਗਾ ਕੁੜੀਆਂ ਨੂੰ ਅਸੀਂ ਪੜ੍ਹਾਈ ਕਰਨ ਦੀ ਇਜਾਜ਼ਤ ਦੇ ਦਿਆਂਗੇ। ਪੂਰੀ ਦੁਨੀਆ ਦੇ ਵਿੱਚ ਕਿਰਕਰੀ ਹੋ ਰਹੀ ਹੈ ਤਾਲਿਬਾਨੀ ਸਰਕਾਰ ਦੀ ਇਸ ਕਰਕੇ, ਕਿਉਂਕਿ ਸਕੂਲ ਖੁੱਲ੍ਹ ਗਏ ਨੇ ਪਰ ਉੱਥੇ ਪੁਰਸ਼ ਅਧਿਆਪਕ ਅਤੇ ਪੁਰਸ਼ ਵਿਦਿਆਰਥੀ ਹੀ ਜਾ ਸਕਦੇ ਨੇ। ਕੁੜੀਆਂ ਨਾ ਤਾਂ ਉੱਥੇ ਪੜ੍ਹਾ ਸਕਦੀਆਂ ਨੇ ਨਾ ਪੜ੍ਹ ਸਕਦੀਆਂ ਨੇ। ਪਰ ਹੁਣ ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਅਸੀਂ ਅੰਤਿਮ ਰੂਪ ਦੇ ਰਹੇ ਹਾਂ ਆਪਣੇ ਫੈਸਲੇ ਨੂੰ, ਜਲਦੀ ਐਲਾਨ ਕਰਾਂਗੇ ਅਤੇ ਅਸੀਂ ਇਹ ਜ਼ਰੂਰ ਕਰਾਂਗੇ ਕਿ ਕੁੜੀਆਂ ਪੜ੍ਹਨ ਜਾਣਗੀਆਂ। ਹਾਲਾਂਕਿ ਉਹਨਾਂ ਨੇ ਇਹ ਸਾਫ਼ ਕੀਤਾ ਹੋਇਆ ਕੁਛ ਦਿਨ ਪਹਿਲਾਂ ਕਿ ਜੇ ਕੁੜੀਆਂ ਨੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਈ ਕਰਨੀ ਹੈ, ਕਾਲਜਾਂ ਸਕੂਲਾਂ ਦੇ ਵਿੱਚ ਜਾਣਾ ਹੈ ਤਾਂ ਉਹਨਾਂ ਨੂੰ ਹਿਜਾਬ ਪਾਉਣਾ ਹੋਊਗਾ, ਇਸ ਤੋਂ ਬਿਨਾਂ ਕੋਈ ਪੜ੍ਹਾਈ ਨਹੀਂ ਹੋਏਗੀ। ਤਾਲਿਬਾਨ ਨੇ ਕੁਛ ਹੋਰ ਮੰਤਰਾਲਿਆਂ ਦਾ ਵੀ ਐਲਾਨ ਕੀਤਾ ਹੈ ਪਰ ਇਹਨਾਂ ਦੇ ਵਿੱਚ ਕਿਸੇ ਵੀ ਔਰਤ ਨੂੰ ਹਾਲੇ ਤੱਕ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ, ਇਹ ਵੀ ਸੱਚਾਈ ਹੈ। ਤਾਲਿਬਾਨ ਪਹਿਲਾਂ ਹੀ ਕਹਿ ਚੁੱਕਿਆ ਕਿ ਅਸੀਂ ਸਰਕਾਰ ਦੇ ਵਿੱਚ ਕਿਸੇ ਵੀ ਔਰਤ ਨੂੰ ਥਾਂ ਨਹੀਂ ਦੇਵਾਂਗੇ। ਇਸ ਦਰਮਿਆਨ ਵੱਡੀ ਖਬਰ ਹੈ ਜਿਹੜੀ ਉਹ ਐਮਨੈਸਟੀ ਇੰਟਰਨੈਸ਼ਨਲ ਤੋਂ ਆਈ ਹੈ। ਮਨੁੱਖੀ ਅਧਿਕਾਰਾਂ ਦੀ ਕੌਮਾਂਤਰੀ ਜਥੇਬੰਦੀ ਐਮਨੈਸਟੀ ਇੰਟਰਨੈਸ਼ਨਲ ਨੇ ਇਲਜ਼ਾਮ ਲਾਇਆ ਹੈ ਕਿ ਤਾਲਿਬਾਨ ਹੈ ਜਿਹੜਾ, ਜਦੋਂ ਤੋਂ ਤਾਲਿਬਾਨ ਨੇ ਸੱਤਾ ਸਾਂਭੀ ਹੈ ਉਦੋਂ ਤੋਂ ਹੀ ਲੋਕਾਂ ਤੇ ਜ਼ੁਲਮ ਹੋ ਰਹੇ ਨੇ। ਐਮਨੈਸਟੀ ਇੰਟਰਨੈਸ਼ਨਲ ਅਤੇ ਦੋ ਹੋਰ ਸੰਸਥਾਵਾਂ ਨੇ ਕਿਹਾ ਕਿ ਤਾਲਿਬਾਨ ਨੇ ਮਨੁੱਖੀ ਅਧਿਕਾਰਾਂ ਨੂੰ ਖਤਮ ਕਰਨ ਦੇ ਵਿੱਚ ਥੋੜ੍ਹੀ ਜਿਹੀ ਵੀ ਦੇਰੀ ਨਹੀਂ ਕੀਤੀ ਹੈ। ਮਨੁੱਖੀ ਅਧਿਕਾਰਾਂ ਨੂੰ ਰੌਂਦਣ ਦੇ ਕੁਛ ਮਾਮਲਿਆਂ ਦਾ ਪਹਿਲਾਂ ਹੀ ਜ਼ਿਕਰ ਕੀਤਾ ਜਾ ਚੁੱਕਿਆ। ਮਨੁੱਖੀ ਅਧਿਕਾਰ ਜਥੇਬੰਦੀਆਂ ਦਾ ਕਹਿਣਾ ਹੈ ਕਿ ਵੱਡੇ ਪੱਧਰ 'ਤੇ ਹੋ ਰਹੇ ਸ਼ੋਸ਼ਣ ਦਾ ਇਹ ਛੋਟਾ ਜਿਹਾ ਹਿੱਸਾ ਹੈ ਜਿਹੜਾ ਤਾਲਿਬਾਨ ਅਫਗਾਨਿਸਤਾਨ ਦੇ ਵਿੱਚ ਕਰ ਰਹੇ ਨੇ। ਐਮਨੈਸਟੀ ਨੇ ਤਾਲਿਬਾਨ ਤੇ ਇਲਜ਼ਾਮ ਲਾਇਆ ਕਿ ਪਿਛਲੇ 20 ਸਾਲਾਂ ਦੇ ਵਿੱਚ ਜੋ ਵੀ ਸੁਧਾਰ ਕੀਤੇ ਗਏ ਸੀ ਉਹਨਾਂ ਨੂੰ ਤਾਲਿਬਾਨ ਸਰਕਾਰ ਲਗਾਤਾਰ ਖਤਮ ਕਰ ਰਹੀ ਹੈ। ਐਮਨੈਸਟੀ ਨੇ ਤਾਲਿਬਾਨ ਤੇ ਆਮ ਨਾਗਰਿਕਾਂ ਅਤੇ ਆਤਮ ਸਮਰਪਣ ਕਰਨ ਵਾਲੇ ਫੌਜੀਆਂ ਦੇ ਕਤਲ ਕਰਨ, ਮਨੁੱਖੀ ਸਹਾਇਤਾ ਰੋਕਣ ਅਤੇ ਲੋਕਾਂ ਦੀ, ਖਾਸ ਤੌਰ 'ਤੇ ਔਰਤਾਂ ਦੀ ਆਜ਼ਾਦੀ 'ਤੇ ਰੋਕਾਂ ਲਾਉਣ ਦਾ ਇਲਜ਼ਾਮ ਵੀ ਲਾਇਆ ਹੈ। ਐਮਨੈਸਟੀ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਅਫਗਾਨਿਸਤਾਨ ਦੇ ਵਿੱਚ ਪੱਤਰਕਾਰਾਂ, ਪ੍ਰਦਰਸ਼ਨਕਾਰੀਆਂ ਦੇ ਨਾਲ ਨਾਲ ਮਨੁੱਖੀ ਅਧਿਕਾਰ ਜਿਹੜੇ ਕਾਰਕੁਨ ਹੈਗੇ ਨੇ, ਮਨੁੱਖੀ ਸਮਾਜ ਸੇਵੀ ਹੈਗੇ ਨੇ, ਮਨੁੱਖੀ ਅਧਿਕਾਰ ਕਾਰਕੁਨ ਨੇ, ਉਹਨਾਂ 'ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ। ਤਾਲਿਬਾਨ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪਿਛਲੀ ਵਾਰੀ ਨਾਲੋਂ ਉਹ ਬਦਲ ਗਏ ਨੇ, ਪਰ ਜਿਹੜੀ ਸਾਡੀ ਰਿਪੋਰਟ ਹੈ ਉਹਨਾਂ ਦੇ ਇਹਨਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਰੱਦ ਕਰਦੀ ਹੈ ਕਿ ਤਾਲਿਬਾਨ ਬਦਲ ਗਏ ਨੇ। ਐਮਰਜੈਂਸੀ ਬੁਲੇਟਿਨ ਦੇ ਵਿੱਚ ਇੱਕ ਹੋਰ ਖਬਰ ਤੁਹਾਨੂੰ ਜਾਂਦੇ ਜਾਂਦੇ ਦੱਸ ਦਿੰਦੇ ਹਾਂ। ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਪੁਲਿਸ ਨੂੰ ਸਖ਼ਤ ਆਰਡਰ ਦਿੱਤੇ ਨੇ ਕਿ ਅਮਨ ਸ਼ਾਂਤੀ ਭੰਗ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਐਕਸ਼ਨ ਹੈ ਜਿਹੜਾ ਉਹ ਤੁਰੰਤ ਕੀਤਾ ਜਾਵੇ। ਦਰਅਸਲ ਪੰਜਾਬ ਪੁਲਿਸ ਨੇ ਸੋਮਵਾਰ ਅੱਧੀ ਰਾਤ ਨੂੰ ਜਲੰਧਰ ਜ਼ਿਲ੍ਹੇ ਦੇ ਫਿਲੌਰ ਕਸਬੇ ਵਿੱਚ ਡਾਕਟਰ BR ਅੰਬੇਦਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲੇ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਭੀਕੂ ਮੀਨਾ, 25 ਸਾਲ ਦੀ ਉਮਰ ਹੈ, ਪਿੰਡ ਜਵਾਨੀਆਂ ਹੁਸਨ ਨਿਜਰਾ ਜ਼ਿਲ੍ਹਾ ਮੱਧ ਪ੍ਰਦੇਸ਼ ਵਜੋਂ ਹੋਈ ਹੈ ਅਤੇ ਚਰਨਜੀਤ ਸਿੰਘ ਚੰਨੀ ਨੇ ਇਸਨੂੰ ਬਹੁਤ ਹੀ ਮੰਦਭਾਗੀ ਘਟਨਾ ਦੱਸਿਆ ਹੈ ਅਤੇ ਕਿਹਾ ਕਿ ਸਖ਼ਤ ਕਾਰਵਾਈ ਹੈ ਜਿਹੜੀ ਉਹ ਮੁਲਜ਼ਮ ਦੇ ਖਿਲਾਫ਼ ਕੀਤੀ ਜਾਵੇ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।